ਯੂਕਰੇਨ ਦੇ ਇੱਕ ਏਅਰਲਾਈਨ ਦਾ ਯਾਤਰੀ ਜਹਾਜ਼ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਈਰਾਨ ਦੀ ਫਾਰਸ ਖਬਰ ਏਜੰਸੀ ਮੁਤਾਬਕ ਇਸ ਬੋਇੰਗ 737 ਉਡਾਣ ਵਿੱਚ 170 ਲੋਕ ਸਵਾਰ ਸਨ। ਈਰਾਨ ਦੇ ਰੈੱਡ ਕ੍ਰੈਸੈਂਟ ਮੁਤਾਬਕ ਕਿਸੇ ਵੀ ਯਾਤਰੀ ਦੇ ਜ਼ਿੰਦਾ ਬਚਣ ਦੀ ਉਮੀਦ ਨਹੀਂ ਹੈ। ਇਮਾਮ ਖੋਮੇਨੀ ਏਅਰਪੋਰਟ ਸਿਟੀ ਕੰਪਨੀ ਦੇ ਅਲੀ ਕਸ਼ਾਨੀ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਹਾਦਸਾ ਤਹਿਰਾਨ ਦੇ ਦੱਖਣ ਪੱਛਮ ਵਿੱਚ 60 ਕਿਲੋਮੀਟਰ ਦੂਰ ਪਰਾਂਡ ਦੇ ਕੋਲ ਵਾਪਰਿਆ। ਉਹਨਾਂ ਦੱਸਿਆ ਕਿ ਅਨੁਮਾਨ ਹੈ ਕਿ ਤਕਨੀਕੀ ਖਰਾਬੀਆਂ ਕਾਰਨ ਹਾਦਸਾ ਹੋਇਆ ਹੈ। ਖਬਰ ਏਜੰਸੀ ਈਰਾਨ ਮੁਤਾਬਕ ਇਹ ਜਹਾਜ਼ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਦਾ ਸੀ ਜੋ ਕਿ ਤਹਿਰਾਨ ਤੋਂ ਕੀਵ ਜਾ ਰਿਹਾ ਸੀ। ਹਾਲਾਂਕਿ ਸਾਫ਼ ਨਹੀਂ ਹੋ ਸਕਿਆ ਕਿ ਇਸ ਹਾਦਸੇ ਦਾ ਈਰਾਨ ਅਤੇ ਅਮਰੀਕਾ ਦੇ ਵੱਧਦੇ ਤਣਾਅ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਬਚਾਅ ਟੀਮਾਂ ਮੌਕੇ ਭੇਜ ਦਿੱਤੀਆਂ ਗਈਆਂ ਨੇ। ਬਚਾਅ ਕਾਰਜ ਲਈ 10 ਦੇ ਉਸ ਥਾਂ ਭੇਜੇ ਗਏ ਨੇ ਜਿੱਥੇ ਜਹਾਜ਼ ਕ੍ਰੈਸ਼ ਹੋਇਆ ਸੀ। ਰੋਇਟਰਸ ਖਬਰ ਏਜੰਸੀ ਦੇ ਮੁਤਾਬਕ ਈਰਾਨ ਦੀਆਂ ਐਮਰਜੈਂਸੀ ਸੇਵਾਵਾਂ ਦੇ ਮੁਖੀ ਪਿਰ ਹੁਸੈਨ ਕੋਲੀਵੰਦ ਨੇ ਈਰਾਨ ਦੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਜਹਾਜ਼ ਵਿੱਚ ਅੱਗ ਲੱਗੀ ਹੋਈ ਹੈ। ਅਸੀਂ ਬਚਾਅ ਕਾਰਜ ਲਈ ਟੀਮ ਭੇਜੀ ਹੋਈ ਹੈ। ਹੋ ਸਕਦਾ ਹੈ ਕਿ ਅਸੀਂ ਕੁਝ ਯਾਤਰੀਆਂ ਨੂੰ ਬਚਾ ਸਕੀਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੇ ਕਿਹਾ ਕਿ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਅਤੇ ਕਿਉਂ ਹੋਇਆ ਅਤੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਬਿਊਰੋ ਰਿਪੋਰਟ, ਆਵਾਜ਼ਕੌਮ ਟੀਵੀ।